ਸ਼੍ਰੀ ਆਨੰਦਪੁਰ ਸਾਹਿਬ ਤੋਂ ਹੋਲਾ ਮੁਹੱਲਾ ਖੇਲ ਕੇ ਜਾ ਰਹੇ ਸ਼ਰਧਾਲੂਆਂ ਦੇ ਨਾਲ ਭਿਆਨਕ ਹਾਦਸਾ ਵਾਪਰਿਆ। ਦਰਅਸਲ ਕਿਹਾ ਜਾ ਰਿਹਾ ਕਿ ਜਿਵੇਂ ਹੀ ਇਹ ਸ਼ਰਧਾਲੂ ਇੱਥੋਂ ਨਿਕਲੇ ਤਾਂ ਰਾਹ ਦੇ ਵਿੱਚ ਟਰੈਕਟਰ ਟਰਾਲੀ 'ਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਰਸਤੇ 'ਚ ਇੱਕ ਤੇਲ ਦੇ ਟੈਂਕਰ ਨੇ ਇਸ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਸ਼ਰਧਾਲੂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 8 ਤੋਂ 10 ਸ਼ਰਧਾਲੂ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਹਾਦਸਾ ਜਲੰਧਰ ਦੇ ਵਿੱਚ ਵਾਪਰਿਆ, ਜਿੱਥੇ ਕਿ ਹੋਲਾ ਮੁਹੱਲਾ ਖੇਡ ਕੇ ਜਾ ਰਹੇ ਸ਼ਰਧਾਲੂ ਜਦੋਂ ਆਪਣੇ ਪਿੰਡ ਵਾਪਿਸ ਜਾ ਰਹੇ ਸੀ ਤਾਂ ਸੜਕ ਦੇ ਉੱਤੇ ਟਰਾਲੀ ਖੜੀ ਕੀਤੀ ਗਈ ਸੀ, ਪਰ ਪਿੱਛੋਂ ਦੀ ਆ ਰਹੇ ਇੱਕ ਤੇਲ ਦੇ ਭਰੇ ਟੈਂਕਰ ਨੇ ਇਸ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਸ਼ਰਧਾਲੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 8 ਤੋਂ 10 ਸ਼ਰਧਾਲੂ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜੋ ਸ਼ਰਧਾਲੂ ਸੀ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀ ਅਤੇ ਆਪਣੇ ਪਿੰਡ ਵਾਪਸੀ ਕਰ ਰਹੇ ਸੀ, ਪਰ ਰਸਤੇ ਦੇ ਵਿੱਚ ਇੱਕ ਤੇਲ ਦੇ ਟੈਂਕਰ ਨੇ ਉਹਨਾਂ ਦੀ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਦੂਜੇ ਪਾਸੇ ਜੋ ਟਰੈਕਟਰ ਟਰਾਲੀ ਸਵਾਰ ਸੀ ਉਹਨਾਂ ਦੇ ਵੱਲੋਂ ਜੋ ਟੈਂਕਰ ਦਾ ਡਰਾਈਵਰ ਸੀ ਉਸਨੂੰ ਵੀ ਕਾਬੂ ਕਰ ਲਿਆ ਅਤੇ ਫਿਲਹਾਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਹੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕ੍ਰੇਨ ਦੀ ਮਦਦ ਦੇ ਨਾਲ ਜੋ ਟਰੈਕਟਰ ਟਰਾਲੀ ਹੈ ਉਸਨੂੰ ਰੋਡ ਤੋਂ ਸਾਈਡ ਕੀਤਾ ਜਾ ਰਿਹਾ ਅਤੇ ਟੈਂਕਰ ਵੀ ਜੋ ਆ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਅਸੀਂ ਪਿੰਡ ਮੀਆਂਪਨੇਰ ਦੇ ਰਹਿਣ ਵਾਲੇ ਜੀ, ਜ਼ਿਲ੍ਹਾ ਅੰਮ੍ਰਿਤਸਰ ਦੇ ਜੀ। ਸਾਡੇ ਸਾਰੇ ਹੀ ਨੌਜਵਾਨ ਅਸੀਂ ਜੋ ਆਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸੀ ਆ ਰਹੇ ਸੀ, ਜਿਵੇਂ ਹੀ ਕਰਤਾਰਪੁਰ ਕ੍ਰੋਸ ਕੀਤਾ ਹੈ ਤੇ ਉਸ ਤੋਂ ਬਾਅਦ ਟਰਾਲੀ ਰੁਕੀ ਹੈ ਜੀ ਇੱਕ ਬੈਰੀਅਰ ਤੇ। ਅੱਛਾ ਜੀ। ਪਿੱਛੋਂ ਤੇਜ਼ ਰਫ਼ਤਾਰ ਜੋ ਟਰੱਕ ਆ ਰਿਹਾ ਸੀ, ਅੱਛਾ ਜੀ, ਉਸਨੇ ਟੱਕਰ ਮਾਰੀ ਹੈ ਜੀ ਬੈਕ ਸਾਈਡ ਤੋਂ ਟੱਕਰ ਮਾਰੀ ਉਹਨੇ। ਅੱਛਾ ਜੀ। ਉਹਦੇ ਕਾਰਨ ਜੋ ਹੈ ਵੀ ਸਾਡੇ 10 ਤੋਂ 12 ਨੌਜਵਾਨਾਂ ਦੀ ਜੋ ਹੈ ਸੱਟਾਂ ਲੱਗੀਆਂ ਨੇ। ਹਾਂਜੀ। ਤੇ ਇੱਕ ਨੌਜਵਾਨ ਦੀ ਜੋ ਹੈ ਉਹ ਡੈਥ ਹੋ ਚੁੱਕੀ ਹੈ। ਅੱਛਾ ਜੀ। ਸਰ ਕੋਈ ਉੱਥੇ ਮੌਕੇ 'ਤੇ ਸੀਸੀਟੀਵੀ ਵਗੈਰਾ ਫੁਟੇਜ ਵਗੈਰਾ ਹੈਗੀ ਸੀ ਕੋਈ ਸੀਸੀਟੀਵੀ? ਉੱਥੇ ਨਹੀਂ ਜੀ, ਉੱਥੇ ਸੀਸੀਟੀਵੀ ਕੋਈ ਨਹੀਂ ਸੀ ਹੈਗਾ ਜੀ ਉਸ ਸਮੇਂ। ਸਰ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਨੂੰ ਫੋਨ ਕੀਤਾ ਗਿਆ ਤੁਹਾਡੇ ਵੱਲੋਂ? ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਜੀ, ਪੁਲਿਸ ਅਧਿਕਾਰੀ ਉੱਥੇ ਪਹੁੰਚੇ ਨੇ। ਅੱਛਾ ਜੀ। ਪਹੁੰਚ ਕੇ ਉਹਨਾਂ ਨੇ ਬਣਦੀ ਕਾਰਵਾਈ ਕਰ ਰਹੇ ਨੇ ਜੀ। ਅੱਛਾ ਜੀ ਜੀ। ਇੱਥੇ ASI ਨਰਿੰਦਰ ਸਿੰਘ ਜੀ ਨੇ। ਅੱਛਾ ਜੀ। ਉਹ ਹੁਣ ਵੀ ਹਸਪੀਟਲ ਦੇ ਵਿੱਚ, ਅਸੀਂ ਸਿਵਲ ਹਸਪੀਟਲ ਜਲੰਧਰ ਇਸ ਟਾਈਮ ਤੇ। ਅੱਛਾ ਜੀ। ਉਹ ਸਾਡੇ ਸਾਰੇ ਬਿਆਨ ਨੂੰ ਕਿੱਥੋਂ ਆਏ ਕਿੱਥੋਂ ਆਂਦੇ ਕਿੱਥੇ ਜੀ? ਸਰ ਐਕਸੀਡੈਂਟ ਹੋਇਆ ਕਿੱਥੇ ਕਰਕੇ ਆ? ਇਹ ਜੀ ਕਰਤਾਰਪੁਰ ਕ੍ਰੋਸ ਕਰਨ ਤੋਂ ਬਾਅਦ ਸੁਭਾਨਪੁਰ ਤੋਂ ਕਰਤਾਰਪੁਰ ਦੇ ਵਿਚਾਲੇ ਕਰਕੇ ਜਿੱਥੇ ਫਲਾਈਓਵਰ ਬਣਦਾ ਪਿਆ ਜਿਹੜਾ। ਅੱਛਾ ਜੀ। ਬਾਈਪਾਸ ਬਣਦਾ ਪਿਆ ਜੀ। ਸਰਦਾਰ ਜੀ ਆਪਾਂ ਕਿੰਨੀਆਂ ਕੁ ਸੰਗਤ ਸੀਗੀ ਜਿਹੜੀ ਵਿੱਚ ਟਰਾਲੀ ਵਿੱਚ? ਕਿੰਨੇ ਬੰਦੇ ਬੈਠੇ? 22 ਜਣੇ ਵਿੱਚ ਸੀ ਜੀ। ਅੱਛਾ ਜੀ। ਕਿੰਨੇ ਜਣੇ ਦਾ ਸਰ ਜਿਹੜੀਆਂ ਸੱਟਾਂ ਲੱਗੀਆਂ? ਸੱਟਾਂ 10 ਤੋਂ 12 ਜਣੇ ਦੇ ਸੱਟਾਂ ਲੱਗੀਆਂ ਨੇ। ਅੱਛਾ ਸਰ, ਦੱਸਿਆ ਜਾ ਰਿਹਾ ਕਿ ਮੌਕੇ ਤੇ ਕੋਈ ਇੱਕ ਨੌਜਵਾਨ ਦੀ ਡੈਥ ਵੀ ਹੋਈ ਹੈ? ਹਾਂ ਜੀ ਜੀ। ਦਲਵਾਲ ਸਿੰਘ ਜੀ, ਪੁੱਤਰ ਸਰਦਾਰ ਕਾਬਲ ਸਿੰਘ। ਕਿੱਥੇ ਦੇ ਰਹਿਣ ਵਾਲੇ ਵੀਰ ਜੀ? ਪਿੰਡ ਮੀਆਂਪਨੇਰ ਦੇ। ਸਾਰੀ ਸੰਗਤ ਪਿੰਡ ਮੀਆਂਪਨੇਰ ਦੀ ਰਹਿਣ ਵਾਲੀ ਹੈ। ਅੱਛਾ ਜੀ ਜੀ। ਤੇ ਆਪਾਂ ਉੱਥੇ ਮੀਆਂਪਨੇਰ ਜਾਣਾ ਸੀਗਾ ਵਾਪਸੀ ਜੀ। ਵਾਪਸੀ ਆਨੰਦਪੁਰ ਸਾਹਿਬ ਤੋਂ ਸਵੇਰੇ 7 ਵਜੇ ਚੱਲੇ ਆ ਜੀ। ਅੱਛਾ ਜੀ। ਤੇ ਤਕਰੀਬਨ 2 ਵਜੇ ਦੇ ਕਰੀਬ ਇੱਥੇ ਕਰਤਾਰਪੁਰ ਸਾਹਿਬ ਦੇ ਨੇੜੇ ਪਹੁੰਚੇ ਜੀ। ਅੱਛਾ ਜੀ। ਉਸ ਤੋਂ ਬਾਅਦ ਉਹ ਟਰੱਕ ਨੇ ਜਿਵੇਂ ਆਣ ਕੇ ਤੇਜ਼ ਰਫ਼ਤਾਰ ਟਰੱਕ ਆਇਆ, ਤੇਲ ਵਾਲਾ ਟੈਂਕਰ ਸੀ ਉਹ। ਅੱਛਾ ਜੀ। ਕਿਸੇ ਦਾ ਪੈਟਰੋਲ ਵਾਲਾ ਟੈਂਕਰ? ਪੈਟਰੋਲ ਵਾਲਾ ਟੈਂਕਰ ਸੀ ਜੀ। ਅੱਛਾ ਜੀ। ਟੈਂਕਰ ਅਸੀਂ ਨਹੀਂ ਕਹਿ ਸਕਦੇ, ਉਹਦੇ ਵਿੱਚ ਪੈਟਰੋਲ ਜਾਂ ਡੀਜ਼ਲ ਆ। ਹਾਂਜੀ। ਤੇ ਤੇਲ ਵਾਲਾ ਟੈਂਕਰ ਸੀ ਭਰਿਆ ਹੋਇਆ। ਅੱਛਾ ਜੀ। ਪਿੱਛੋਂ ਆਣ ਕੇ ਬਹੁਤ ਤੇਜ਼ ਜਿਹੜੇ ਰਫ਼ਤਾਰ ਦੇ ਨਾਲ ਆਇਆ ਤੇ ਖੜੀ ਟਰਾਲੀ ਦੇ ਵਿੱਚ ਮਾਰਿਆ ਗਿਆ। ਦੇ ਵਿੱਚ ਮਾਰਿਆ ਜੀ ਖੜੀ। ਅੱਛਾ। ਸਾਰੇ ਕੋਈ? ਹਾਂਜੀ, ਖੜੀ ਟਰਾਲੀ ਦੇ ਵਿੱਚ ਵੱਜਿਆ। ਸਰਦਾਰ ਜੀ, ਕੋਈ ਮੌਕੇ ਦੇ ਉੱਤੇ ਕੋਈ ਡਰਾਈਵਰ ਨੂੰ ਫੜਿਆ ਗਿਆ ਜਾਂ ਕੋਈ? ਡਰਾਈਵਰ ਫੜਿਆ ਗਿਆ ਜੀ ਮੌਕੇ ਤੇ। ਅੱਛਾ ਜੀ ਜੀ। ਉਹ ਪੁਲਿਸ ਨੂੰ ਦੇ ਦਿੱਤਾ ਗਿਆ ਜੀ, ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ, ਪੁਲਿਸ ਦੇ ਹਵਾਲੇ। ਸੋ ਹੁਣ ਪੁਲਿਸ ਪ੍ਰਸ਼ਾਸਨ ਕੀ ਕਹਿ ਰਹੀ ਤੁਹਾਨੂੰ ਕੀ ਆਸ਼ਵਾਸਨ ਦੇ ਰਹੀ? ਜੋ ਹੈ ਉਹ ਸਾਨੂੰ ਵਿਸ਼ਵਾਸ ਦਵਾ ਰਹੇ ਆ ਕਿ ਅਸੀਂ ਬਣਦੀ ਕਾਰਵਾਈ ਜੋ ਹੈ
ਉਹ ਕਰਾਂਗੇ। ਥਾਣਾ ਕਿਹੜਾ ਲੱਗਦਾ ਸਰ? ਥਾਣਾ ਕਰਤਾਰਪੁਰ ਥਾਣਾ ਜੀ। ਕਰਤਾਰਪੁਰ ਥਾਣੇ ਤੋਂ ਆਏ ਸੀ ਡਿਊਟੀ ਅਫਸਰ? ਸਾਨੂੰ ਥਾਣਾ ਜੋ ਪਿੰਡ ਮੀਆਂ ਪੰਦੇਰ ਨੂੰ ਕਿੱਥੋਂ ਨਾਲ ਲੱਗਦਾ ਜਿਹੜਾ ਇਹ ਥਾਣਾ ਜਿੱਥੇ ਸਰ ਐਕਸੀਡੈਂਟ ਹੋਇਆ ਉਹ ਥਾਣਾ ਕਰਤਾਰਪੁਰ ਹੈ। ਅੱਛਾ, ਕਰਤਾਰਪੁਰ ਲੱਗਦਾ ਜੀ। ਠੀਕ ਹੈ ਜੀ। ਕੀ ਮੰਗ ਕੀ ਕਰਦੇ ਸਰ ਆਪਾਂ ਹੁਣ? ਮੰਗ ਇਹ ਜੀ, ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਪਿਆ ਜੀ, ਅੱਛੇ ਤਰੀਕੇ ਦੇ ਨਾਲ ਕਾਰਵਾਈ ਕਰਦੇ ਪਏ ਨੇ। ਪੁਲਿਸ ਅਧਿਕਾਰੀ ਆਏ ਨੇ। ਅੱਛਾ ਜੀ। ਉਹ ਸੁਣਦੇ ਪਏ ਨੇ ਸਾਰੀ ਗੱਲ ਤੇ ਆਪਣੀ ਬਣਦੀ ਜੋ ਕਾਰਵਾਈ ਸਾਨੂੰ ਵਿਸ਼ਵਾਸ ਦਵਾ ਰਹੇ ਪਏ ਸੀ। ਸਰ ਇੱਕ ਛੋਟਾ ਸਵਾਲ ਆ, ਸੱਟਾ ਜਿਹੜੀਆਂ ਨੇ ਸਾਰੇ ਜੈਂਟਸ ਸੀ, ਕੋਈ ਲੇਡੀਜ਼ ਵੀ ਹੈਗੀ, ਕੋਈ ਬੱਚੇ ਵੀ ਹੈਗੇ? ਸਾਰਿਆਂ ਨੂੰ ਲੱਗੀਆਂ ਜੀ। ਅੱਛਾ, ਸਾਰੇ ਜੈਂਟਸ ਨੂੰ ਲੱਗੀਆਂ? ਅੱਛਾ, ਮਤਲਬ ਜਿੱਦਾਂ ਤੁਸੀਂ ਦੱਸ ਰਹੇ 20 ਤੋਂ 25 ਜਣੇ ਸੀਗੇ ਤੇ 10-12 ਜਣੇ ਜਿਹੜੇ ਇੰਜਰਡ ਹੋਏ ਆ ਜੀ ਜੀ, ਸੋ ਮੌਕੇ ਤੇ ਇੱਕ ਜਿਹੜੇ ਜਿਹੜੀ ਡੈਥ ਹੋਈ ਆ ਨੌਜਵਾਨ, ਉਹ ਕਿੰਨੇ ਸਾਲ ਦਾ ਸੀਗਾ ਸਰ? 22 ਤੋਂ 23 ਸਾਲ ਦਾ ਸੀ ਨੌਜਵਾਨ 22 ਤੇ ਉਹਨਾਂ ਦੇ ਘਰ ਦੇ ਨੂੰ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ? ਹਾਂ, ਉਹਨਾਂ ਦੇ ਫਾਦਰ ਸਾਹਿਬ ਨੂੰ ਦੱਸਿਆ ਗਿਆ ਫਿਲਹਾਲ। ਅੱਛਾ ਜੀ। ਤੇ ਅਜੇ ਬਾਕੀ ਘਰਦਿਆਂ ਨੂੰ ਮੈਂ ਪ੍ਰਸ਼ਾਸਨ ਨੂੰ ਇਹ ਵੀ ਬ
ਆਪਣੀ ਕਾਰਵਾਈ ਕਰ ਰਹੇ ਬਿਆਨ ਨੋਟ ਕਰਦੇ ਪਏ ਨੇ। ਅੱਛਾ, ਬਾਕੀਆਂ ਦੇ ਬਿਆਨ ਨੋਟ ਕਰ ਰਹੇ ਨੇ ਜੀ ਜੀ। ਇੱਕ ਨੌਜਵਾਨ ਦੀ ਮੌਤ ਹੋਈ, ਕੀ ਨਾਮ ਹੈ ਸਰ ਉਹਨਾਂ ਦਾ? ਨਾਮ ਕੀ? ਇਹਦੀ ਮੌਤ ਹੋਈ, ਉਹਦਾ ਨਾਂ ਹੈਗਾ ਜੀ ਦਿਲਰਾਜ ਸਿੰਘ ਪੱਤਰਕਾਰ ਸਿੰਘ। ਕਿੱਥੇ ਦੇ ਰਹਿਣ ਵਾਲੇ ਭਾਜੀ? ਇਹ ਪਿੰਡ ਹੈਗਾ ਮੀਆਂ ਪੰਦੇ। ਤੇ ਸਰ ਜਿਹੜਾ ਡਰਾਈਵਰ ਕਾਬੂ ਕੀਤਾ ਗਿਆ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈਗਾ ਜੀ ਨਾ ਖਬਰ ਦੇਖ ਲਿਆ ਖਬਰ ਉਹਦਾ ਨਾਂ ਹੈਗਾ ਆ ਵਰਿੰਦਰ ਕੁਮਾਰ ਸ਼ਾਹ ਪੁੱਤਰ ਰਜਿੰਦਰ ਪ੍ਰਸ਼ਾਦ। ਕਿੱਥੇ ਦੇ ਰਹਿਣ ਵਾਲਾ ਭਾਜੀ? ਸੁੱਚੀ ਪਿੰਡ। ਸੁੱਚੀ ਪਿੰਡ ਦਾ ਨਾਲ। ਸਰ ਜਿੱਦਾਂ ਕਿ ਮੌਕੇ ਤੇ ਜਿਨ੍ਹਾਂ ਦੇ ਇੱਥੇ ਕਿਸੇ ਇੱਕ ਸ਼ਖਸ ਦੀ ਬਾਂਹ ਵੀ ਇੰਜਰਡ ਹੋਈ ਆ, ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਜਿਹੜਾ ਡਰਾਈਵਰ ਸੀਗਾ ਨਸ਼ੇ ਦੇ ਵਿੱਚ ਹੈਗਾ, ਕਿ ਉਹਦਾ ਮੁਲਾਜ਼ਾ ਵਗੈਰਾ ਕਰਾਇਆ ਗਿਆ ਸਰ? ਹਾਂਜੀ, ਕੋਈ ਨਹੀਂ ਕਰਾਇਆ, ਮੁਲਾਜ਼ਾ ਦੇ ਦੇਣਗੇ। ਸਰ ਕੀ ਬਣਦੀ ਕਾਰਵਾਈ ਕੀਤੀ ਜਾਊਗੀ? ਬਣਦੀ ਕਾਰਵਾਈ ਜੋ ਐਕਸੀਡੈਂਟ ਕੇਸ 'ਚ ਬੱਚਾ ਦਰਜ ਕਰਦੇ। ਸਿਵਲ ਹਸਪੀਟਲ ਤੁਹਾਨੂੰ ਦੱਸ ਦਿਓ ਕਿ ਕਰਤਾਰਪੁਰ ਦੇ ਲਾਗੇ ਜਿਹੜਾ ਇੱਕ ਐਕਸੀਡੈਂਟ ਹੋਇਆ ਤੁਹਾਨੂੰ ਬਸ ਸੋ ਕਰਤਾਰਪੁਰ ਦੇ ਲਾਗੇ ਜਿਹੜਾ ਐਕਸੀਡੈਂਟ ਹੋਇਆ, ਸੋ ਦੱਸਿਆ ਜਾ ਰਿਹਾ ਜਿਹੜੀਆਂ ਸਕਦਾਂ ਨੇ ਉਹ ਮੱਥਾ ਟੇਕ ਕੇ ਆ ਰਹੇ ਸੀ ਆਨੰਦਪੁਰ। ਸੋ ਤੁਹਾਨੂੰ ਦੱਸ ਦਿਓ ਕਿ ਆਨੰਦਪੁਰ ਤੋਂ ਮੱਥਾ ਟੇਕ ਕੇ ਜਿਹੜੀ ਸੰਗਤ ਆ ਉਹ ਆਪਣੇ ਪਿੰਡ ਵਾਪਸ ਜਾ ਰਹੇ ਸੀਗੇ। ਸੋ ਤੁਹਾਨੂੰ ਦੱਸ ਦਿਓ ਕਿ ਸਲੋ ਟਰਾਲੀ ਦੇ ਜਿੱਦਾਂ ਦੱਸ ਰਿਹਾ ਕਿ ਟਰਾਲੀ ਜਿਹੜੀ ਆਪਣੀ ਸਪੀਡ ਦੇ ਉੱਤੇ ਜਾ ਰਹੀ ਸੀਗੀ, ਪਿੱਛੋਂ ਜਿਹੜਾ ਕਿ ਤੇਲ ਦਾ ਟੈਂਕਰ ਕਾਫੀ ਤੇਜ਼ ਜਿਹੜਾ ਕਾਫੀ ਸਪੀਡ ਦੇ ਨਾਲ ਆ ਕੇ ਜਿਹੜਾ ਟਰਾਲੀ ਦੇ ਵਿੱਚ ਜੋ ਕਿ ਹਿੱਟ ਹੋਇਆ। ਤਾਂ ਤੁਹਾਨੂੰ ਦੱਸ ਦਿਓ ਕਿ ਮੌਕੇ 'ਤੇ ਜਿਹੜਾ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ 10 ਤੋਂ 12 ਜਣੇ ਜਿਹੜੇ ਇੰਜਰਡ ਹੈਗੇ ਨੇ। ਸੋ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਆ ਉਹਦੀ ਜਿਹੜੀ ਡੈਥ ਵੀ ਹੋ ਚੁੱਕੀ ਹੈ। ਸੋ ਮੌਕੇ 'ਤੇ ਥਾਣਾ ਕਰਤਾਰਪੁਰ ਤੋਂ ਨਰਿੰਦਰ ਖਬਰ। ਸੋ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਕਿ ਪੰਜਾਬ ਦੇ ਕੀ ਹਾਲਾਤ ਬਣ ਚੁੱਕੇ ਨੇ। ਸੋ ਜਿਹੜਾ ਸ਼ਰਾਬ ਪੀ ਕੇ ਜਾਂ ਕੋਈ ਵੀ ਨਸ਼ਾ ਕਰਕੇ ਜਿਹੜੀ ਗੱਡੀ ਚਲਾਉਣੀ ਕਿੰਨੀ ਕੁ ਜਿਹੜੀ ਨੁਕਸਾਨਦਾਇਕ ਹੈ। ਸੋ ਆਪਣੇ ਵੀ ਸੱਟਾਂ ਲੱਗ ਸਕਦੀਆਂ ਨੇ ਜਾਂ ਕਿਸੇ ਹੋਰ ਦਾ ਵੀ ਅਸੀਂ ਜਿਹੜਾ ਭਾਰੀ ਨੁਕਸਾਨ ਕਰ ਸਕਦੇ ਹਾਂ। ਸੋ ਸਾਡੇ ਵੱਲੋਂ ਵੀ ਜਿਹੜੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਵੱਡੇ ਹੈਵੀ ਵਹੀਕਲ ਚਲਾਉਂਦੇ ਨੇ ਜਾਂ ਕੋਈ ਵੀ ਡਰਾਈਵਿੰਗ ਕਰਦੇ ਨੇ, ਸੋ ਸ਼ਰਾਬ ਪੀ ਕੇ ਬਿਲਕੁਲ ਹੀ ਰਾਤ ਦੇ ਟਾਈਮ ਜਿਹੜੀ ਗੱਡੀ ਨਾ ਚਲਾਓ ਤਾਂ ਕਿ ਕੋਈ ਵੱਡੀ ਘਟਨਾ ਨਾ ਹੋਵੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਨਵੀਂ ਅਪਡੇਟ ਲੈ ਕੇ ਦੁਬਾਰਾ